ਤੇ ਸਾਡੇ ਨਾਲ ਕੁਛ ਲੋਕ ਖੜੇ ਨੇ, ਅਸੀਂ ਦੇਖਦੇ ਹਾਂ ਇਹਨਾਂ ਕੋਲ ਵਿਚਾਰ, ਇਹਨਾਂ ਦੇ ਦੇਖਦੇ ਹਾਂ ਕਿ ਇਹਨਾਂ ਦੇ ਕੀ ਵਿਚਾਰ ਨੇ, ਕਿ ਜਿਹੜੀ ਪਹਿਲੀ ਸਰਕਾਰ ਆ ਉਹ ਕਿਸ ਤਰ੍ਹਾਂ ਦੀ ਰਹੀ, ਇਹਨਾਂ ਦੇ ਕੀ ਮੁੱਦੇ ਸੀ, ਉਹਨਾਂ ਦੇ ਜਿਹੜੇ ਹੱਲ ਹੋਏ ਜਾਂ ਨਹੀਂ ਹੋਏ। ਹਾਂਜੀ, ਕੀ ਨਾਂ ਹੈ ਸਰ ਆਪਣਾ? ਮੇਰਾ ਨਾਂ ਬਲਵਿੰਦਰ ਸਿੰਘ ਹੰਸਾ ਜੀ। ਹਾਂਜੀ, ਮੈਂ ਇੱਕ ਪ੍ਰਾਈਵੇਟ ਫਾਈਨੈਂਸ਼ੀਅਲ ਕੰਪਨੀ ਦੇ ਵਿੱਚ ਵਰਕ ਸਾਂ ਕਰਦਾ ਸਾਂ, ਔਰ ਜਿਹੜੀ ਪਿਛਲੀ ਹੀ ਸਰਕਾਰ ਆਈ ਆ ਉਹਦੇ ਦਰਮਿਆਨ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਬੰਦ ਹੋਈਆਂ। ਪ੍ਰਧਾਨ ਮੰਤਰੀ ਸਾਹਿਬ ਦੇ ਮੁਤਾਬਕ 3000 ਕੰਪਨੀਆਂ ਦਾ ਲਾਇਸੈਂਸ ਰੱਦ ਕੀਤਾ ਗਿਆ, ਜਿਹਦੇ ਨਾਲ ਇਹ ਫਰਕ ਪਿਆ ਕਿ ਬਹੁਤ ਸਾਰੇ ਇੰਪਲਾਈ ਜਿਹੜੇ ਨੇ ਬੇਰੁਜ਼ਗਾਰ ਹੋ ਗਏ, ਬਹੁਤ ਸਾਰੇ ਵਰਕਰ ਜਿਨ੍ਹਾਂ ਦਾ ਪੈਸਾ ਲੱਗਾ ਸੀ ਉਹ ਵੀ ਬੇਕਾਰ ਹੋ ਗਏ। ਸੋ ਨੋਟਬੰਦੀ ਦੇ ਕਰਕੇ ਮੈਂ ਕਹਿੰਦਾ ਕਿ ਬਹੁਤ ਸਾਰੇ ਲੋਕ ਅੱਜ ਪਰੇਸ਼ਾਨ, ਕਈ ਕੰਪਨੀਆਂ ਬੰਦ ਹੋ ਗਈਆਂ। ਸੋ ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਕੋਈ ਨਵੀਂ ਸਰਕਾਰ ਆਵੇ ਉਹ ਸਾਰਿਆਂ ਦੇ ਲੋਕ ਹਿੱਤ ਦੇ ਵਾਸਤੇ ਆਵੇ, ਲੋਕਾਂ ਦਾ ਫਾਇਦਾ ਹੋਵੇ ਉਹਦੇ ਵਿੱਚ। ਅਸੀਂ ਸਾਰੇ ਹੀ ਵਰਕਰ ਇੱਕ ਕੰਪਨੀ ਦੇ ਨਾਲ ਰਿਲੇਟਡ ਹਾਂ, ਔਰ ਜਿਹੜੀ ਕਿ ਪਿਛਲੇ 1.5-2 ਸਾਲ ਤੋਂ ਪਬਲਿਕ ਨਾਲ ਉਹਨੇ ਚੀਟਿੰਗ ਕਰਕੇ ਪਬਲਿਕ ਦਾ ਪੈਸਾ ਜਿਹੜਾ ਉਹ ਮਾਰ ਦਿੱਤਾ। ਅੱਜ ਪਰੇਸ਼ਾਨ ਜਿਹੜੇ ਵਰਕਰ ਨੇ, ਕਿਉਂਕਿ ਪਬਲਿਕ ਜਿਹੜੀ ਆ ਉਹਨਾਂ ਦੇ ਗੱਲ 'ਚ ਗੂੜ ਦੇ ਕੇ ਉਹ ਕਹਿ ਰਹੀ ਕਿ ਅਸੀਂ ਪੈਸਾ ਤੁਹਾਡੇ ਕੋਲ ਲੈਣਾ। ਸੋ ਸਾਡੀ ਬੇਨਤੀ ਇਹੀ ਹੈ ਕਿ ਜਿਹੜੀ ਵੀ ਸਰਕਾਰ ਨਵੀਂ ਆਵੇ ਉਹ ਪਬਲਿਕ ਦੇ ਹਿੱਤ ਦੇ ਵਾਸਤੇ ਹੋਰ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ। ਇੰਨਾ ਹੀ ਕਹਿੰਦਾ। ਪੰਜਾਬ 'ਚ 2 ਸਾਲ ਹੋ ਗਏ ਕਾਂਗਰਸ ਸਰਕਾਰ ਬਣੇ ਨੂੰ, ਤੁਹਾਨੂੰ ਕੀ ਲੱਗਦਾ ਕਿ ਇਹ ਮੁੱਦੇ ਜਿਹੜੇ ਵੀ ਨਸ਼ੇ ਦਾ ਮੁੱਦਾ ਆਈ, ਜਿੱਦਾਂ ਗੁਟਕਾ ਸਾਹਿਬ 'ਤੇ ਬੇਅਦਬੀ ਹੁੰਦੀ ਸੀ, ਇਹਦੇ ਕਈ ਹੋਰ ਤਰ੍ਹਾਂ ਦੇ ਮਸਲੇ ਜਿਹੜੇ ਇਹਨਾਂ ਦੇ ਹੱਲ ਪੈ ਸਕੀ ਜਾਂ ਨਹੀਂ ਪੈ? ਜਿਹੜੀ ਤਾਂ ਗੁਟਕਾ ਸਾਹਿਬ ਦੀ ਬੇਅਦਬੀ ਆ, ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਗੱਲ ਆ, ਉਹਦੇ ਵਿੱਚ ਤਾਂ ਦੇਖੋ ਜੀ ਉਹ ਸਰਕਾਰਾਂ ਆਪਣੇ ਲੈਵਲ 'ਤੇ ਕੰਮ ਕਰਦੀਆਂ ਪਈਆਂ ਨੇ। ਕਿਸੇ ਨੂੰ ਸਜ਼ਾ ਮਿਲੀ ਆ ਜਾਂ ਕਿਸੇ ਨੂੰ ਨਹੀਂ ਮਿਲੀ ਇਹ ਤਾਂ ਕਾਨੂੰਨ ਹੀ ਦੇਖ ਰਿਹਾ। ਔਰ ਠੱਲ ਪੈਣ ਦੀ ਜਿਹੜੀ ਗੱਲ ਨਸ਼ਿਆਂ ਦੇ ਉੱਪਰ ਆ, ਉਹ ਕਾਗਜ਼ੀ ਕਾਰਵਾਈ ਦੇ ਵਿੱਚ ਅਖਬਾਰਾਂ ਦੇ ਵਿੱਚ ਤਾਂ ਬਹੁਤ ਸੁਣਿਆ, ਲੇਕਿਨ ਹਰ ਰੋਜ਼ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਸ਼ਿਆ ਗ੍ਰਸਤ ਹੋ ਰਹੇ ਨੇ, ਔਰ ਆਪਣੇ ਆਪ ਨੂੰ ਨਸ਼ਿਆਂ ਦੇ ਟੀਕੇ ਲਾ ਕੇ ਉਹ ਜਿਹੜੇ ਆ ਉਹਨਾਂ ਦੀ ਡੈਥ ਅੱਜ ਹਰ ਸਵੇਰੇ ਅਖਬਾਰ ਪੜ੍ਹੀ ਦੀ ਆ, ਅਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡ ਦਾ ਕੋਈ ਨੌਜਵਾਨ ਜਿਹੜਾ ਉਹ ਡੈਥ ਹੋ ਚੁੱਕੀ ਹੁੰਦੀ ਆ। ਹਾਂਜੀ ਸਰਦਾਰ ਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਚਰਨਜੀਤ ਸਿੰਘ ਸੁਖੋਤਰਾ ਜੀ। ਜੀ, ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲਾ ਜੀ। ਹਾਂਜੀ, ਨਸ਼ਿਆਂ ਦੇ ਬਾਰੇ ਜੀ, ਨਸ਼ਿਆਂ ਦਾ ਕੋਈ ਵੀ ਸੁਧਾਰ ਨਹੀਂ ਜੀ ਹੋਇਆ ਸਾਡੇ ਪੰਜਾਬ 'ਚ। ਨਿੱਤ ਦੇਣਾ ਹੀ ਵਹਿੰਦੇ ਹਾਂ ਜੀ, ਅਖਬਾਰਾਂ ਦੇ ਪਹਿਲੇ ਪੇਜ 'ਤੇ ਛਪਿਆ ਹੁੰਦਾ ਹੈ ਵੀ ਇਸ ਬੰਦੇ ਨੇ ਆਹ ਟੀਕਾ ਲਵਾ ਕੇ ਇਹਦੀ ਮੌਤ ਹੋ ਗਈ ਆ। ਸਾਡੀਆਂ ਸਰਕਾਰਾਂ ਤਾਂ ਬਹੁਤ ਕਹਿ ਰਹੀਆਂ ਨੇ ਕਿ ਸਾਡਾ ਨਸ਼ੇ ਦੇ ਉੱਤੇ ਕੰਟਰੋਲ ਆ, ਲੇਕਿਨ ਸਾਨੂੰ ਨਹੀਂ ਜਾਪਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਖਤਮ ਹੋ ਜਾਏ। ਕੋਈ ਸਾਨੂੰ ਚਾਂਸ ਹੀ ਨਹੀਂ ਦਿੰਦੇ ਕਿ ਨਾ ਤਾਂ ਗੌਰਮੈਂਟ ਨਾ ਸਾਡਾ ਪੁਲਿਸ ਪ੍ਰਸ਼ਾਸਨ ਕੋਈ ਵੀ ਨਸ਼ਾ ਜਿਹੜਾ ਖਤਮ ਕਰਨ ਦੇ ਵੱਲ ਧਿਆਨ ਨਹੀਂ ਦੇ ਰਿਹਾ ਜੀ। ਕਿਹਾ ਜਾ ਕਿ ਪਿਛਲੀ ਸਰਕਾਰ ਦੇ ਮੁਤਾਬਕ ਜਿਹੜੀ ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਕਿੰਨਾ ਕੁ ਵਿਕਾਸ ਹੋਇਆ, ਉਹ ਤੁਸੀਂ ਕੀ ਕਹਿ ਹੋਏ? ਨਹੀਂ, ਵਿਕਾਸ ਤਾਂ ਨਹੀਂ, ਇਸ ਗੌਰਮੈਂਟ ਨੇ ਵੀ ਕੋਈ ਸਾਨੂੰ ਤਾਂ ਦਿਖ ਨਹੀਂ ਰਿਹਾ ਜੀ ਵੀ ਇਹ ਜਿਹੜੀ ਗੌਰਮੈਂਟ ਆ ਕੋਈ ਵਿਕਾਸ ਕਰੇ। ਸਿਰਫ ਕਾਗਜ਼ਾਂ ਦੇ ਵਿੱਚ ਜ਼ਰੂਰ ਵਿਕਾਸ ਆ, ਬਾਕੀ ਕੁਛ ਨਹੀਂ ਜੀ। ਅੰਮ੍ਰਿਤਸਰ ਦੀਆਂ ਸੜਕਾਂ ਵੇਖੋ, ਬੁਰਾ ਹਾਲ ਆ। ਆਪਾਂ ਅੰਮ੍ਰਿਤਸਰ ਤੋਂ ਬਾਹਰ ਵੀ ਜਾਂਦੇ ਹਾਂ, ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ, ਕੋਈ ਕਿਸੇ ਦਾ ਕੋਈ ਖਿਆਲ ਹੀ ਨਹੀਂ ਹੈ ਜੀ। ਬਹੁਤ ਧੰਨਵਾਦ ਜੀ। ਹਾਂਜੀ ਸਰਦਾਰ ਜੀ, ਕੀ ਨਾਂ ਹੈ ਜੀ ਆਪਣਾ? ਮੇਰਾ ਨਾਂ ਗੁਰਮੀਤ ਸਿੰਘ ਹੈ ਜੀ। ਗੁਰਮੀਤ ਸਿੰਘ ਜੀ, ਲੋਕ ਸਭਾ ਇਲੈਕਸ਼ਨ ਜਿਹੜੇ ਆ ਰਹੇ ਨੇ ਹੁਣ, 19 ਤਰੀਕ ਜਿਹੜੀ ਹੈਗੀ ਮਈ ਇਲੈਕਸ਼ਨਾਂ ਵਾਸਤੇ ਜਿਹੜੀ ਮਿੱਥੀ ਗਈ ਹੈ, 23 ਮਈ ਨੂੰ ਜਿਹੜੀਆਂ ਇਹਨਾਂ ਦੀਆਂ ਜਿਹੜੇ ਆਪਣਾ ਰਿਜ਼ਲਟ ਨਿਕਲਣਗੇ, ਚੋਣਾਂ ਦੇ ਨਤੀਜੇ ਨਿਕਲਣਗੇ, ਤੁਸੀਂ ਆਪਣਾ ਕਿੰਨੀ ਵਾਰ ਇਸ ਆਪਣੇ ਜਿਹੜੇ ਹੈਗੇ ਨੇ ਵੋਟ ਪਾ ਚੁੱਕੇ ਜੇ ਲੋਕ ਸਭਾ ਚੋਣਾਂ ਦੇ ਵਿੱਚ? ਵੇਖੋ ਜੀ, ਵੋਟ ਤਾਂ ਅਸੀਂ ਕੋਈ 4 ਵਾਰੀ ਯੂਜ ਕਰ ਦਿੱਤੀ ਹੈ ਪਾਰਲੀਮੈਂਟ ਦੀ, ਪਰ ਇਹ ਸਰਕਾਰਾਂ ਦੋਵੇਂ ਨਾਕਾਮ ਨੇ, ਅਸੀਂ ਤਾਂ
ਤੀਜਾ ਬਦਲ ਚਾਹੁੰਦੇ ਹਾਂ। ਅਸਲੀਅਤ ਦੇ ਵਿੱਚ ਇਹ ਦੋਨਾਂ ਸਰਕਾਰਾਂ ਨੇ ਕੁਛ ਨਹੀਂ ਸਵਾਰਿਆ, ਇਹ ਲੁੱਟ ਕਸੋਟੀ ਹੋਈ ਹੈ। ਕਿੱਦਾਂ ਦਾ ਵਿਕਾਸ ਚਾਹੁੰਦੇ, ਕੀ ਚਾਹੁੰਦੇ, ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ, ਕੀ ਇਹਨੇ ਵਿਚਾਰ ਤੁਹਾਡੇ? ਦੇਖੋ ਜੀ, ਸਭ ਤੋਂ ਜ਼ਿਆਦਾ ਮਾੜਾ ਹਾਲਤ ਕਿਸਾਨ ਦਾ, ਠੀਕ ਹੈ, ਜਿਹਨੂੰ ਇਹਨਾਂ ਦੋਵਾਂ ਸਰਕਾਰਾਂ ਨੇ ਕੁਛ ਨਹੀਂ ਦਿੱਤਾ। ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਤੀਸਰਾ ਬਦਲ ਆਵੇ, ਅਤੇ ਉਹ ਕੁਛ ਹੈ, ਕੋਈ ਦੁਨੀਆ ਦਾ ਕੋਈ ਸੋਚ ਸਕੇ, ਇਹਨਾਂ ਤੋਂ ਕੋਈ ਭਰੋਸਾ ਨਹੀਂ ਹੈ। ਜਿਸ ਤਰ੍ਹਾਂ ਕਿ ਤੀਸਰਾ ਬਦਲ ਤੁਸੀਂ ਕਹਿੰਦੇ, ਤੀਸਰਾ ਬਦਲ ਆਪਣਾ ਆਮ ਆਦਮੀ ਪਾਰਟੀ ਆਈ ਸੀ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਰਗੇ ਫਿਰ ਦੁਬਾਰਾ ਜੇ ਕਰ ਆ ਜਾਣੀ ਸਰਕਾਰ ਉੱਪਰ, ਤਾਂ ਉਹ ਇਸ ਦਾ ਕੋਈ ਕਰ ਸਕਦੇ ਨੇ? ਦੇਖੋ ਜੀ, ਅਸੀਂ ਤਾਂ ਇਹ ਚਾਹੁੰਦੇ ਹਾਂ, ਇਹ ਜਿੱਦਾਂ ਆਮ ਆਦਮੀ ਪਾਰਟੀ ਦੇ ਵੀ ਕਿੰਨੇ ਧੜੇ ਬਣ ਗਏ ਆ, ਇਹਨਾਂ ਫਿਰ ਇਹਨਾਂ ਦੇ ਕੋਲੋਂ ਆਪਣੀ ਬੇਇੱਜ਼ਤੀ ਕਰਵਾਉਣੀ ਹੈ, ਲੋਕਾਂ ਨੇ ਵੀ ਹਰਕ ਕਰਨੀ ਹੈ, ਇਹ ਕਿਉਂ ਨਹੀਂ ਗੇ ਇਕੱਠੇ ਹੋ ਸਕਦੇ? ਇਹ ਹੋ ਸਕਦੇ ਆ, ਇਹ ਸਿਰਫ ਆਪੋ ਆਪਣਾ ਜਿਹੜਾ ਇਹਨਾਂ ਨੇ ਵੱਖਰਾ ਧੜਾ ਬਣਾ ਕੇ ਜਾਂ ਪਾਰਟੀਆਂ ਵੰਡੀਆਂ ਨੇ, ਇਹ ਇਕੱਠੀਆਂ ਹੋ ਜਾਣ ਤਾਂ ਬਹੁਤ ਚੰਗਾ, ਨਹੀਂ ਤਾਂ ਇਹਨਾਂ ਨੂੰ ਫਿਰ ਮਾਰ ਪਏਗੀ। ਪਬਲਿਕ ਨੇ ਤਾਂ ਇਹਨਾਂ ਨੂੰ ਸਾਥ ਦੇ ਦੇਣਾ, ਪਰ ਇਹ ਸਾਥ ਲੈਣ ਜੋਗੀ ਨਹੀਂ ਗਈ ਆਮ ਆਦਮੀ ਪਾਰਟੀ। ਹਾਂਜੀ ਸਰਦਾਰ ਜੀ, ਕੀ ਨਾਂ ਹੈ ਜੀ ਆਪਣਾ? ਜੀ ਹਰਪ੍ਰੀਤ ਸਿੰਘ ਸੋਲ। ਹਰਪ੍ਰੀਤ ਜੀ, ਤੁਸੀਂ ਕਿੱਦਾਂ ਦੀ ਸਰਕਾਰ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ? ਦੇਖੋ ਜੀ, ਜਿਹੜੀ ਵੀ ਸਰਕਾਰ ਆਵੇ, ਸਭ ਤੋਂ ਪਹਿਲਾਂ ਤਾਂ ਜੋ ਇੱਥੇ ਸਭ ਤੋਂ ਇਸ ਟਾਈਮ ਪੰਜਾਬ ਦੇ ਵਿੱਚ ਮੇਨ ਜਿਹੜਾ ਹੈਗਾ ਵਾ ਨਸ਼ਿਆਂ ਦਾ ਮੁੱਦਾ ਵਾ, ਤਾਂ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜੇ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ। ਹਾਂਜੀ, ਮੈਂ ਉਹ ਕਹਿਣਾ ਨਹੀਂ ਚਾਹੁੰਦਾ ਸ਼ਬਦ ਕੈਮਰੇ ਦੇ ਸਾਹਮਣੇ, ਬਾਕੀ ਸਮਝਦਾਰ ਸਾਰੇ ਲੋਕ ਤਾਂ ਪਤਾ ਹੀ ਹੋਏਗਾ। ਅਤੇ ਇੱਕ ਤਾਂ ਜਿਹੜੀ ਸਭ ਤੋਂ ਪਹਿਲਾਂ ਸਭ ਤੋਂ ਮੇਰਾ ਜਿਹੜਾ ਸਭ ਤੋਂ ਮੇਰਾ ਨਿੱਜੀ ਜਿਹੜਾ ਨਜ਼ਰੀਆ ਵਾ ਉਹ ਹੋ ਸਕਦਾ, ਬਾਕੀ ਪਤਾ ਨਹੀਂ ਕੋਈ ਸਹਿਮਤ ਹੋਵੇ ਜਾਂ ਨਾ ਹੋਣ। ਦੇਖੋ, ਆਪਾਂ ਇੱਕ ਗੱਲ ਕਰਦੇ ਹਾਂ, ਕਿਸਾਨ ਜਿੰਨੇ ਵੀ ਸਾਰੇ ਵੀ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਰੇਟ ਵਧਣਾ ਚਾਹੀਦਾ, MSP ਜਿਹੜਾ ਉਹ ਹਰ ਵਾਰੀ ਵਧਣਾ ਚਾਹੀਦਾ। ਜੇ ਦੇਖੋ ਸਾਡੀਆਂ ਸਰਕਾਰਾਂ ਕੀ ਇੱਕ ਟਨ ਦੇ ਮਗਰ, ਇੱਕ ਕੁਇੰਟਲ ਦੇ ਮਗਰ 50 ਰੁਪਏ 100 ਰੁਪਏ, ਇਹ ਦੱਸੋ ਕੋਈ ਗੱਲ ਥੋੜ੍ਹੀ ਹੈਗੀ ਆ? ਔਰ ਜੇ 50 ਰੁਪਏ ਜਾਂ 100 ਰੁਪਏ ਫਸਲਾਂ ਦੇ ਮਗਰ ਇੱਕ ਵੱਧਦੇ ਨੇ, ਉਹਦੇ ਮਗਰ ਯੂਰੀਆ ਜਾਂ ਪੈਸਟੀਸਾਈਡ ਜਿੰਨੀਆਂ ਵੀ ਸਾਡੀਆਂ ਬਾਕੀ ਹੋਰ ਦਵਾਈਆਂ ਨੇ ਉਹਨਾਂ ਦੇ ਮਗਰ 100-150 ਰੁਪਏ ਤੱਕ ਵੱਧ ਜਾਂਦਾ। ਔਰ ਮੈਂ ਤਾਂ ਇੱਕ ਇਹ ਕਹਾਂਗਾ ਵੀ ਅਸੀਂ ਸਾਰੇ ਕਿਸਾਨ ਭਰਾ ਜਿਹੜੇ ਹਾਂ, ਅਸੀਂ ਇਹ ਕਹਿੰਦੇ ਵੀ ਸਾਡਾ 50 ਰੁਪਏ 100 ਰੁਪਏ ਰੇਟ ਘਟਾ ਦਿਉ, ਪਰ ਬਾਕੀ ਜਿਹੜੀ ਮਹਿੰਗਾਈ ਜਾ ਰਹੀ ਹੈ ਦੁੱਧ ਅੱਜ 50-55 ਰੁਪਏ ਕਿਲੋ, ਦਾਲਾਂ 100 ਰੁਪਏ ਤੋਂ ਪਲੱਸ ਜਾ ਰਹੀਆਂ ਨੇ, ਉਹ ਵੀ ਮਾਈਨਸ 'ਚ ਆਉਣ। ਕੀ ਤੁਹਾਨੂੰ ਲੱਗਦਾ ਕਿ ਇਹ ਸਰਕਾਰ ਨੇ ਕਿਸਾਨਾਂ ਦੀਆਂ ਕੋਈ ਮੰਗਾਂ ਹੱਲ ਕੀਤੀਆਂ ਨੇ? ਦੇਖੋ ਜੀ, ਕੁਛ ਵੀ ਨਹੀਂ ਕਿਸੇ, ਇੱਕ ਤਾਂ ਦੁੱਧ ਦੇ ਵਿੱਚ ਲੱਸੀ ਦੇ ਵਿੱਚ ਪਾਣੀ ਪਾ ਕੇ ਅਤੇ ਬਸ ਉਹਦੇ 'ਚੋਂ ਮਲਾਈ ਕਦੀ ਨਹੀਂ ਨਿਕਲਦੀ, ਬਸ ਉਹੀ ਚੀਜ਼ਾਂ ਸਰਕਾਰਾਂ ਦਾ ਹਾਲ ਨੇ। ਅਤੇ ਅਨਇੰਪਲਾਈਮੈਂਟ ਜਿਹੜੀ ਉਹ ਬਹੁਤ ਜ਼ਿਆਦਾ ਉਹ ਹਾਵੀ ਹੋ ਰਹੀ ਆ, ਔਰ ਸਾਡਾ ਜਿਹੜਾ ਯੰਗ ਕਲਚਰ ਆ ਉਹ ਸਾਰਾ ਵੇਖੋ ਫੋਰਨ ਦੇ ਵਿੱਚ ਜਾ ਰਿਹਾ ਵਾ। ਔਰ ਮੈਂ ਇੱਕੋ ਚੀਜ਼ ਤੁਹਾਨੂੰ ਕਹਿੰਦਾ ਵਾ, ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਪੂਰੇ ਦੇ ਵਿੱਚ, ਜਾਂ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਇੰਜੀਨੀਅਰਿੰਗ ਕਾਲਜ ਜਿਹੜੇ ਸੀ ਖੁੰਬਾਂ ਵਾਂਗੂ ਉੱਗ ਗਏ ਸੀ, ਔਰ ਅੱਜ ਦੀ ਹਾਲਤ ਦੇ ਵਿੱਚ ਤੁਸੀਂ ਆਪਣਾ ਕੈਮਰਾ ਲਾ ਕੇ ਦੇਖ ਲਓ ਕਿਸੇ ਵੀ ਇੰਜੀਨੀਅਰਿੰਗ ਕਾਲਜ ਦੇ ਬਾਹਰ, ਤੁਹਾਨੂੰ ਉੱਥੇ ਜਿੰਨੀਆਂ ਵੀ ਸੀਟਾਂ ਨੇ ਉਹ ਤੁਹਾਨੂੰ ਆਪ ਆ ਕੇ ਕਹਿ ਰਹੇ ਜੀ ਆਓ ਜੀ ਸਾਡੇ ਕੋਲ ਸੀਟ ਲਓ। ਕਿਉਂ? ਰੀਜ਼ਨ ਇਹੋ ਹੀ ਆ, ਪਲੱਸ ਟੂ ਕਰਨ ਤੋਂ ਬਾਅਦ ਜਿੰਨੇ ਮੁੰਡੇ ਸਾਡੇ, ਜਿੰਨਾ ਯੰਗ ਏਜ ਹੈਗਾ, ਬਹੁਤ ਸਾਰਾ ਹੀ ਆਈਲਟ ਕਰਕੇ ਬਾਹਰ ਜਾਣ ਦੀ ਫਰਾਕ ਵਿੱਚ ਨਾਲ। ਤੁਸੀਂ ਕਿਸ ਤਰ੍ਹਾਂ ਦਾ ਚਾਹੁੰਦੇ ਜੀ, ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਕਿ ਜਿਹਦੇ ਨਾਲ ਸਾਰੀਆਂ ਮੁਸ਼ਕਲਾਂ ਹੱਲ ਹੋ ਸਕੇ? ਓਨੈਸਟੀ ਇਜ਼ ਦਾ ਬੈਸਟ ਪੋਲਸੀ, ਸਭ ਤੋਂ ਪਹਿਲਾਂ ਤਾਂ ਇਹੀ ਹੈ, ਜੇ ਬੰਦਾ ਇਮਾਨਦਾਰ ਆ ਤਾਂ ਆਟੋਮੈਟਿਕਲੀ ਸਾਰਾ ਕੁਝ ਹੋ ਸਕਦਾ ਵਾ, ਬਾਕੀ ਇਸ ਤੋਂ ਬਾਅਦ ਕੁਛ ਨਹੀਂ। ਥੈਂਕ ਯੂ, ਧੰਨਵਾਦ ਜੀ। ਹਾਂਜੀ, ਸਾਡੇ ਨਾਲ ਹੋਰ ਆਪਣੇ ਭਾਈ ਸਾਹਿਬ ਖੜੇ ਨੇ, ਆਪਾਂ ਇਹਨਾਂ ਦੇ ਜਾਣਦੇ ਹਾਂ ਵਿਚਾਰ ਕਿ ਇਹਨਾਂ ਦੇ ਵਿਚਾਰ ਕੀ ਨੇ, ਕਿ ਅੱਜ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਮੇਰਾ ਅਸੀਂ ਕਹਿੰਦੇ ਹਾਂ ਵੀ ਜਿਹੜਾ ਸਾਹਿਬ ਜਿਹੜੀ ਸਰਕਾਰ ਆਵੇ ਬਹੁਤ ਵਧੀਆ ਸਰਕਾਰ ਆਵੇ। ਜਿਸ ਤਰ੍ਹਾਂ ਮੈਂ ਆਪਣੀ ਆਪਾਂ ਗੱਲ ਕਰੀਏ, ਉਹ ਮੇਰੇ ਨਾਲ ਇੱਕ ਹੋਰ ਵੀ ਆ ਸਾਹਿਬ ਦੇ ਪੈਰਾਮਿਲਟਰੀ ਫੋਰਸ ਦੇ ਆ, ਜਿਸ ਤਰ੍ਹਾਂ ਕਿ ਮੋਦੀ ਸਾਹਿਬ ਕਹਿੰਦੇ ਆ ਨਾ ਕਿ ਜਿਸ ਤਰ੍ਹਾਂ ਪੁਲਵਾਮਾ 'ਚ ਜਿਹੜੇ ਮਾਰੇ ਗਏ ਆ ਉਹ ਸ਼ਹੀਦ ਕਹਿੰਦੇ ਆ, ਪਰ ਆਪਾਂ ਕਹਿੰਦੇ ਮਾਰੇ ਗਏ ਆ, ਮੋਦੀ ਵੀ ਕਹਿੰਦਾ ਕਿ ਸ਼ਹੀਦ ਹੋਇਆ, ਪਰ ਉਹ ਕਾਗਜ਼ਾਂ 'ਚ ਕੋਈ ਸ਼ਹੀਦ ਨਹੀਂ, ਪੈਰਾਮਿਲਟਰੀ ਕੋਈ ਵੀ ਇਹੋ ਜਿਹਾ ਨਹੀਂ ਹੈ ਕਿ ਜਿਹੜੇ ਉਹਨੂੰ ਮਤਲਬ ਕਹਿਣ ਵੀ ਆਪਾਂ ਇਹ ਸ਼ਹੀਦ ਹੈ।
ਉਹਨਾਂ ਨੂੰ ਮਰਿਆਂ ਦੇ ਵਿੱਚ ਗਿਣਤੀ ਕਰਨਾ ਚਾਹੀਦਾ। ਮੋਦੀ ਨੂੰ ਵੀ ਇਹ ਨਹੀਂ ਬੋਲਣਾ ਚਾਹੀਦਾ ਕਿ ਇਹ ਸ਼ਹੀਦ ਹੋਇਆ, ਜਦੋਂ ਕਿ ਕਾਗਜ਼ਾਂ ਦੇ ਵਿੱਚ ਸ਼ਹੀਦ ਹੈ ਹੀ ਨਹੀਂ। ਅਤੇ ਫਿਰ ਇਹਨਾਂ ਨੂੰ ਬੋਲਣ ਦਾ ਕਿਸੇ ਵੀ ਮੰਤਰੀ ਕੋਈ ਵੀ, ਚਾਹੇ ਕਾਂਗਰਸ ਦਾ ਹੋਵੇ ਜਾਂ ਬੀਜੇਪੀ ਕੋਈ ਵੀ ਹੋਵੇ, ਇਹਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਜੋ ਪੈਰਾ ਮਿਲਟਰੀ ਨੂੰ ਸ਼ਹੀਦ ਦਾ ਕਹਿਣ। ਠੀਕ ਹੈ ਜੀ, ਹੁਣ ਚੁਣਾਵ ਹੋ ਰਹੇ ਜੀ, ਇਹ ਆਪਣੇ ਲੋਕ ਸਭਾ ਦਾ ਚੁਣਾਵ ਹੈ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਜਿਹੜਾ ਹੈਗਾ ਉਹ ਚੋਣ ਹੋਣੀ ਹੈ, ਅਤੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੁੰਦੇ, ਕਿਸ ਤਰ੍ਹਾਂ ਪ੍ਰਧਾਨ ਮੰਤਰੀ ਹਨ ਜੀ ਤੁਹਾਡੇ ਹਿਸਾਬ ਨਾਲ, ਕਿੱਦਾਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦਾ? ਇਮਾਨਦਾਰ ਹੋਣਾ ਚਾਹੀਦਾ, ਚੰਗਾ ਹੋਣਾ ਚਾਹੀਦਾ, ਆਪਾਂ ਤਾਂ ਉਹੀ ਚਾਹੁੰਦੇ ਹਾਂ। ਹਾਂਜੀ, ਇਹ ਸਨ ਜੀ ਸਾਡੇ ਜਿਹੜੇ ਆਪਣੇ ਆ ਸਰਦਾਰ ਜੀ, ਜਿਹੜੇ ਚੰਗੇ ਚੰਗੇ ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਆ ਇੰਡੀਆ ਨਿਊਜ਼ ਪੰਜਾਬ ਨੂੰ। ਇਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਕੋਈ ਇਹੋ ਤਰ੍ਹਾਂ ਦੀ ਸਰਕਾਰ ਹੋਵੇ, ਪਰ ਇਮਾਨਦਾਰ ਹੋਣੀ ਚਾਹੀਦੀ ਹੈ। ਕੈਮਰਾਮੈਨ ਮਨੀ ਦੇ ਨਾਲ ਗੁਰਿੰਦਰ ਸਿੰਘ, ਇੰਡੀਆ ਨਿਊਜ਼ ਪੰਜਾਬ।